ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੰਜਾਬ ਦੇ ਏ ਕੈਟਾਗਰੀ ਦੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਰੂਪਨਗਰ ਪੁਲਿਸ ਰਾਹਦਾਰੀ ਵਰੰਟ ਤੇ ਰੂਪਨਗਰ ਲੈ ਕੇ ਆਈ ਹੈ, ਜਿਸ ਨੂੰ ਪੁਲਿਸ ਦੇ ਸਖਤ ਪਹਿਰੇ ਹੇਠ ਰੂਪਨਗਰ ਦੇ ਸਿਵਲ ਹਸਪਤਾਲ ਦੇ ਸਪੈਸ਼ਲ ਵਾਰਡ ਵਿੱਚ ਰੱਖਿਆ ਗਿਆ। ਦਿਲਪ੍ਰੀਤ ਉਰਫ ਬਾਬਾ ਦੇ ਖਿਲਾਫ ਕਤਲ, ਫਰੋਤੀ, ਮਾਰਕੁੱਟ ਆਦਿ ਵੱਡੇ ਅਪਰਾਧਾਂ ਦੇ ਪੰਜਾਬ ਅਤੇ ਚੰਡੀਗੜ੍ਹ ਸਮੇਤ 35 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚ ਇਕੱਲੇ 15 ਮੁਕੱਦਮੇ ਸਿਰਫ ਰੂਪਨਗਰ ਦੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ, ਜਿਸ ਤਹਿਤ ਰੂਪਨਗਰ ਪੁਲਿਸ ਵੱਲੋਂ ਦਿਲਪ੍ਰੀਤ ਬਾਬਾ ਨੂੰ ਮੋਹਾਲੀ ਪੁਲਿਸ ਤੋਂ ਰਾਹਦਾਰੀ ਵਰੰਟ ਤੇ ਰੂਪਨਗਰ ਵਿੱਚ ਲਿਆਂਦਾ ਗਿਆ। ਦਿਲਪ੍ਰੀਤ ਬਾਬਾ ਖਿਲਾਫ ਨੂਰਪੁਰ ਬੇਦੀ ਥਾਣੇ ਵਿੱਚ ਦੇਸ ਰਾਜ ਮੱਲ ਦੇ ਕਤਲ ਦਾ ਮੁਕੱਦਮਾ ਵੀ ਦਰਜ ਹੈ। ਇਸ ਦੇ ਨਾਲ ਥਾਣਾ ਕੀਰਤਪੁਰ ਸਾਹਿਬ ਵਿਖੇ ਵਿਵੇਕ ਸ਼ਰਮਾ ਦੇ ਕਤਲ ਦਾ ਅਤੇ ਇੱਕ ਕ੍ਰੈਸ਼ਲਰ ਮਾਲਕ ਕੋਲ ਫਿਰੌਤੀ ਮੰਗਣ ਸਮੇਤ ਹੋਰ ਵੀ ਕਈ ਲੜਾਈਆਂ ਝਗੜੇ ਦੇ 15 ਮੁਕੱਦਮੇ ਦਰਜ ਹਨ, ਜਿਸ ਸੰਬੰਧੀ ਪੁਲਿਸ ਨੇ ਦਿਲਪ੍ਰੀਤ ਨੂੰ ਰੂਪਨਗਰ ਵਿੱਚ ਲਿਆਂਦਾ ਗਿਆ ਅਤੇ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਜ਼ਿਲ੍ਹਾ ਰੂਪਨਗਰ 'ਚ ਮਰਡਰ ਦੇ ਕੇਸਿਸ ਹੈ, 307 ਹੈ, ਫਿਰੌਤੀ ਦੇ ਅਤੇ ਹੁਣ ਨੈਕਸਟ ਪੁਲਿਸ ਨੇ ਕੀ ਕਰਨਾ ਜੀ? ਨੈਕਸਟ ਕੁਛ ਰਿਕਵਰੀਜ਼ ਹੈ ਜਿਹੜੀ ਕਰਾਉਣੀ ਹੈ, ਇਸ ਤੋਂ ਰਤਨ ਦੀ ਰਿਕਵਰੀ ਕੁਛ ਪੈਸੇ ਦੀ। ਕਿੰਨੇ ਦੇ ਵਿੱਚ ਕੋਰਟ ਪੇਸ਼ ਕਰਨਾ? ਕੋਰਟ 'ਚ ਕਰੋ ਪੇਸ਼, ਕੋਰਟ 'ਚ ਕਰੋ ਪੇਸ਼। ਅਤੇ ਕਿੰਨੇ ਦਿਨ ਦੀ ਡਿਮਾਂਡ ਕਰ ਰਹੇ? ਰਿਮਾਂਡ ਦੀ ਕਿੰਨੇ ਦਿਨ ਦਾ ਰਿਮਾਂਡ? ਦੇਖੋ ਆਪਾਂ ਤਾਂ ਮੈਕਸਿਮਮ ਕਰਨਗੇ, ਕੋਰਟ 'ਚ ਨਹੀਂ ਜਾਣਾ। ਸਰ ਸਿਹਤ ਪੱਖੋਂ ਕਿੱਦਾਂ ਦਾ ਕੀ ਹਾਲ ਹੈ? ਠੀਕ ਹੈ, ਪਹਿਲਾਂ ਤੋਂ ਬੈਟਰ ਹੈ। ਸਰ ਅਤੇ ਕੋਪਰੇਟ ਕਰ ਰਹੇ ਜਾਂ ਕਰੂਗਾ? ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ। ਲਾਈਵ ਕੰਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।